वेलकम टू खन्ना न्यूज लाइव। किसान आर्डिनेंसा खिलाफ समराला विखे अकाली दल बादल दे सीनियर आगू जथेदार संता सिंह उमैदपुरी, साबका विधायक जगजीवन सिंह खेरनिया, परमजीत सिंह ढिल्लों की अगवाई हेठ मछवाड़ा रोड विखे विशाल धरना केंद्र सरकार अते पंजाब सरकार दे खिलाफ लगा के जोरदार रोष मुजहरा किया। इस मौके अकाली आगुआ ने कहा जेकर केंद्र सरकार ने किसान विरोधी आर्डिनेंस इस मौके अकाली आगुआ ने कहा जेकर केंद्र सरकार ने किसान विरोधी आर्डिनेंस वापस ना ले तो संघर्ष नूं होर तेज किया जाएगा। श्रोमणी अकाली दल ने जो अज धरना लाया, कुछ अखबारों के खबर आ रही ने भी ये जो दो घंटे का जाम लाया एक किसान के जो रोष प्रदर्शन है वो दबाने के लिए दो घंटे का जाम श्रोमणी अकाली दल एक अजिही पार्टी आ जिहड़ी शुरू तो ही किसानी हकां दे लई लड़दी आई आ। जे गल करिए जिमीदारां नूं जिहड़ी राहत दवाई हुई सी, मोटरां दे जिहड़े बिल सी ओह लागू नहीं सी कराए, ओह वी श्रोमणी अकाली दल दी सरकार वेले सीएम सरदार प्रकाश सिंह बादल वल्लों करवाए गए सी। ते जे ट्रैक्टर दा दर्जा जिहड़ा गड्डे दा ट्रैक्टर नूं दर्जा दित्ता गया सी जिमीदार लई, ओह वी सरदार प्रकाश सिंह बादल वल्लों दवाया गया सी। सो उस नूं लै के असीं चलदे हां वी जिहड़ी इह पार्टी आ तां हमेशा ही किसानी दे हक दे लई लड़दी आई ते हक उसदे हक दे लई ओह लड़दी रही। जो इह अंदोलन हैगा मान लो तुसीं शुरू कीता वा, जे मोदी सरकार आर्डिनेंस वापस नहीं लैंदी तो अगला कदम तुहाडा की होएगा? जे आर्डिनेंस मोदी सरकार वापस नहीं लैंदी तो पूरे पहला तो हल्के वाइज सारे पंजाब दे विच जिन्ने भी साडे किसान वीर ने उन्हां नूं नाल लैके उन्हां दे सलाह मशवरे दे नाल श्रोमणी अकाली दल उन्हां दे मोढे नाल मोढा लाके खड़ा, पिछले समय तो खड़ता आया तो अगे भी खड़ेगा। जेकर मोदी सरकार है जिहड़ा बेला वापस नहीं लैंदी भावें सानूं कोई भी किसी भी तरह का स्टैप लैना पवे, किसानां दे हमेशा नाल खड़े हां ते उन्हां दी सलाह मुताबिक चाहे सानूं दिल्ली तक जाना पवे असीं उन्हां दा कदे साथ नहीं छड्डा। ਕਹਿੰਦੇ ਜੀ ਤੁਸੀਂ ਹਰਸਿਮਰਤ ਕੌਰ ਬਾਦਲ ਜੀ ਨੇ ਜਿਹੜਾ ਅਸਤੀਫਾ ਦਿੱਤਾ ਇਹ ਬਹੁਤ ਪਹਿਲਾਂ ਦੇ ਦੇਣਾ ਚਾਹੀਦਾ ਸੀਗਾ, ਇਹ ਬਹੁਤ ਬਾਅਦ ਚੱਕਿਆ ਸਟੈਪ ਆ? ਇਹ ਤਾਂ ਜੀ ਗੱਲਾਂ ਨੇ, ਪਹਿਲਾਂ ਕਹਿੰਦੇ ਸੀਗੇ ਵੀ ਬੀਬਾ ਜੀ ਨੂੰ ਅਸਤੀਫਾ ਦੇਣਾ ਚਾਹੀਦਾ, ਜਦੋਂ ਬੀਬਾ ਜੀ ਨੇ ਅਸਤੀਫਾ ਦਿੱਤਾ ਫਿਰ ਉਦੋਂ ਅਗਲੀਆਂ ਗੱਲਾਂ ਆ ਗਈਆਂ, ਜਦੋਂ ਉਹ ਵੀ ਗੱਲ ਹੋ ਗਈ ਫਿਰ ਉਸ ਤੋਂ ਅੱਗੇ ਆ ਜਾਣਾ। ਸੋ ਇਹ ਤਾਂ ਜਿਹੜੇ ਸਾਡੇ ਕੂਟ ਪ੍ਰਚਾਰ ਵਿਰੋਧੀ ਪਾਰਟੀਆਂ ਕਰਦੀਆਂ ਨੇ ਉਹਨਾਂ ਦੀ ਰਾਜਨੀਤੀ ਆ। ਸੋ ਮੇਰੀ ਇੱਕ ਗੱਲ ਆ, ਮੇਰਾ ਇੱਕ ਸਵਾਲ ਆ ਛੋਟਾ ਜਿਹਾ ਵੀ ਪਿੰਡ ਦੇ ਵਿੱਚ ਜਿਹੜੀ ਪੰਚੀ ਸਰਪੰਚੀ ਦੀ ਇਲੈਕਸ਼ਨ ਆ ਜਾਂ ਕੋਈ ਵੀ ਇਲੈਕਸ਼ਨ ਨੂੰ 5 ਸਾਲ ਬਾਅਦ ਆਉਂਦੀ ਆ, ਜੇ ਪਿੰਡ ਦੇ ਵਿੱਚ ਕੋਈ ਆਪਣਾ ਮੈਂਬਰ ਪੰਚਾਇਤ ਵੀ ਚੁਣਿਆ ਜਾਂਦਾ ਆਪਾਂ ਉਹਨੂੰ ਵੀ ਕਹਿ ਦਈਏ ਵੀ ਆਪਦਾ ਅਸਤੀਫਾ ਨਹੀਂ ਦਿੰਦਾ, ਭਾਵੇਂ ਸਾਰੀ ਪੰਚਾਇਤ ਉਹਦੇ ਵਿਰੋਧ ਚੁੱਕੇ, ਸਾਡੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਵੀ ਰਹੇ ਨੇ, ਇਹਨਾਂ ਨੂੰ ਪੁੱਛ ਲਓ ਵੀ ਕਦੇ ਵੀ ਕੋਈ ਹਲਕੇ ਵਾਈਸ ਸਾਡੇ ਕੋਲ ਕੇਸ ਨਹੀਂ ਇੱਦਾਂ ਦਾ ਆਉਂਦਾ। ਇਹ ਤਾਂ ਫਿਰ ਇੱਕ ਸੈਂਟਰ ਦੀ ਮਿਨਿਸਟਰੀ ਸੀ ਜੀ ਜਿਹਨੂੰ ਅਸੀਂ ਠਗਰਾ ਕੇ ਆ ਗਏ, ਸਿਰਫ ਆਪਦੇ ਕਿਸਾਨਾਂ ਦੇ ਲਈ ਹੋਏ। ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨਾਂ ਦੀ ਹਮਾਇਤੀ ਪਾਰਟੀ ਕਿਹਾ ਜਾਂਦਾ, ਜਿਸ ਤਰ੍ਹਾਂ ਵਿਪਕਸ਼ ਆਰੋਪ ਲਗਾ ਰਿਹਾ ਹੈ ਵੀ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਉਹ ਸਿਰਫ ਸਿਆਸੀ ਡਰਾਮੇਬਾਜ਼ੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਮੈਂ ਕਹਿਣਾ ਚਾਹੁੰਦਾ ਕਿ ਅੱਜ ਦੇ ਤੁਸੀਂ ਹਾਲਾਤ ਦੇਖੋ, ਸਾਰਾ ਪੰਜਾਬ ਇਕਜੁੱਟ ਆ, ਸਾਰਾ ਪੰਜਾਬ ਕਿਸਾਨੀ ਨਾਲ ਖੜਾ, ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਜੇ ਖੇਤੀ ਨਾਲ ਰਹੀ ਅਸੀਂ ਕਿਵੇਂ ਰਹਿਣਾ? ਦੂਸਰੀ ਗੱਲ ਜਿਹੜੀ ਅਮਰੀਬਾ ਜੀ ਨੇ ਕੀਤੀ ਆ, ਉਹਨਾਂ ਨੇ ਅਸਤੀਫਾ ਦਿੱਤਾ ਕਿਉਂਕਿ ਜਦੋਂ ਕਿਸੇ ਪਰਿਵਾਰ ਚ ਗੱਲ ਹੁੰਦੀ ਪਹਿਲਾਂ ਸਾਡਾ ਫਰਜ਼ ਆ ਰੋਸਾ ਦਿਖਾਉਂਦੀ, ਅਸੀਂ ਹੁਣ ਵੀ ਉਹਨਾਂ ਤੇ ਪ੍ਰੈਸ਼ਰ ਪਾਇਆ ਹੋਇਆ। ਦੂਸਰੀ ਮੈਂ ਤੁਹਾਨੂੰ ਇਹ ਵੀ ਦੱਸੂਗਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਨਾਲ, ਦੂਜਾ ਵਾਰ ਖੰਡੇ ਨਾਲ। ਸੋ ਕਲਮ ਨਾਲ ਅਸੀਂ ਉਹਨਾਂ ਨੂੰ ਜਵਾਬ ਦੇਤਾ ਵੀ ਅਸੀਂ ਰੈਜ਼ਿਗਨੇਸ਼ਨ ਕਰਦੇ ਹਾਂ, ਜੇ ਨਹੀਂ ਹੋਊਗਾ ਅਗਲੇ ਮਹੀਨੇ ਤੁਹਾਨੂੰ ਦੱਸ ਰਿਹਾ ਜੋ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਉੱਤੇ ਇਕੱਠ ਹੋ ਰਿਹਾ ਪੰਜਾਬ ਦੇ ਵਿੱਚ, ਜੇ ਹਜੇ ਵੀ ਸੈਂਟਰ ਸਰਕਾਰ ਨਾਲ ਸੁਧਰੀ ਤਾਂ ਜੇ ਅਸੀਂ ਪੰਜਾਬ ਦਾ ਮਾਣ, ਜੇ ਹਿੰਦੁਸਤਾਨ ਦਾ ਮਾਣ ਵਧਾਉਣ ਲਈ ਪੰਜਾਬੀ ਆਪਣੀ ਕੁਰਬਾਨੀ ਦੇ ਸਕਦਾ ਤਾਂ ਆਪਣੀ ਇੱਜ਼ਤ ਬਚਾਉਣ ਲਈ ਕਿਸੇ ਵੀ ਕਦਮ ਚੱਕਣ ਤੋਂ ਗੁਰੇਜ਼ ਨਹੀਂ ਕਰੂਗਾ। ਸੋ ਜੋ ਅੱਗੇ ਦਿਸ਼ਾ ਨਿਰਦੇਸ਼ ਸਾਡੇ ਪਾਰਟੀ ਪ੍ਰਧਾਨ ਦਾ, ਉਹ ਸਾਡਾ ਇੱਕ ਇੱਕ ਵਰਕਰ, ਸਾਡਾ ਇੱਕ ਇੱਕ ਪਿੰਡ ਦੇ ਵਿੱਚ ਜੋ ਨੁਮਾਇੰਦਾ ਹੈਗਾ ਉਹ ਇਸ ਗੱਲ ਲਈ ਵਚਨਬੱਧ ਆ ਵੀ ਅਸੀਂ ਇਹ ਜੋ ਬਿੱਲ ਹੈ ਨੂੰ ਰੱਦ ਕਰਾਉਣਾ ਆ ਅਤੇ ਕਿਸਾਨੀ ਨੂੰ ਬਚਾਉਣਾ ਪੰਜਾਬ ਨੂੰ। ਸੈਂਟਰ ਦੀ ਸਰਕਾਰ ਵੱਲੋਂ ਜੋ 3 ਆਰਡੀਨੈਂਸ ਜਾਰੀ ਕੀਤੇ ਗਏ ਨੇ, ਕਾਨੂੰਨ ਕਾਲਾ ਕਾਨੂੰਨ ਜਿਹੜਾ ਪਾਸ ਕੀਤਾ ਗਿਆ, ਮੈਂ ਪੂਰੇ ਸ਼ਬਦਾਂ ਦੇ ਵਿੱਚ ਸਾਰੀ ਜਥੇਬੰਦੀ ਦੇ ਨਾਲ ਉਸ ਦੀ ਨਿਖੇਧੀ ਕਰਦਿਆਂ ਅੱਜ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੱਦਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਕਿ ਸਮੁੱਚੇ ਹਲਕਿਆਂ ਦੇ ਵਿੱਚ ਇੱਕ ਵੱਡਾ ਇਕੱਠ ਆ ਜਿਹੜਾ ਕਰਨਾ, ਜੋ ਤੁਸੀਂ ਦੇਖ ਰਹੇ ਹੋ ਅਤੇ ਸਮਰਾਲੇ ਦੇ ਵਿੱਚ ਸਾਡੇ ਸਮੁੱਚੇ ਵਰਕਰ ਅਰਪਣ ਸਾਹਿਬਾਨ ਭਰਾ ਸਾਡੇ ਵਪਾਰੀ ਵਰਗ ਦੁਕਾਨਦਾਰ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕਿ ਜਿਹੜਾ ਅੱਜ ਦਾ ਅਸੀਂ ਰੋਸ ਧਰਨਾ ਜਾਮ ਕੀਤਾ
ਇਹ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਚੱਕਾ ਜਾਮ ਕੀਤਾ। ਮੈਂ ਬੇਨਤੀ ਕਰਨਾ ਚਾਹੁੰਦਾ ਸਮੁੱਚੇ ਪੰਜਾਬੀਆਂ ਵੱਲੋਂ, ਸਮੁੱਚੇ ਕਿਸਾਨਾਂ ਵੱਲੋਂ, ਸਮੁੱਚੇ ਲੋਕਾਂ ਵੱਲੋਂ ਕਿ ਜਿਹੜਾ ਇਹ ਕਾਲਾ ਕਾਨੂੰਨ ਤੁਸੀਂ ਸੈਂਟਰ ਦੇ ਵਿੱਚ ਲਾਗੂ ਕੀਤਾ ਇਹਨੂੰ ਰੱਦ ਕੀਤਾ ਜਾਵੇ। ਸੋ ਮੈਂ ਦੁਬਾਰਾ ਫੇਰ ਜਿੰਨੀ ਵੀ ਸਤਿਕਾਰਯੋਗ ਸੰਗਤ ਪਹੁੰਚੀ ਆ ਉਹਨਾਂ ਦਾ ਸਾਰੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਰਾਲਾ ਤੋਂ ਭੂਸ਼ਣ ਸਿੰਗਲਾ ਦੀ ਖਾਸ ਰਿਪੋਰਟ।